ਹਿਮਾਚਲ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਵਿੱਚ ਸਥਿਤ ਸ਼ਕਤੀਪੀਠ ਮਾਂ ਚਿੰਤਪੁਰਨੀ ਧਾਮ ਵਿਖੇ ਅੱਜ ਤੋਂ ਸ਼ੁਰੂ ਹੋਇਆ ਸਾਵਨ ਮੇਲਾ ਪੰਜਾਬ ਦੇ ਹੁਸ਼ਿਆਰਪੁਰ ਤੋਂ ਮਾਂ ਦੇ ਧਾਮ ਤੱਕ ਦੇਖਣ ਨੂੰ ਮਿਲਿਆ। ਹਿਮਾਚਲ 'ਚ ਸਥਿਤ ਮਾਂ ਚਿੰਤਪੁਰਨੀ ਧਾਮ ਦੇ ਨਾਲ ਨਾਲ ਜਲੰਧਰ ਦੇ ਵਿਕਰਮਪੁਰਾ 'ਚ ਸਥਿਤ ਮਾਂ ਚਿੰਤਪੁਰਨੀ ਮੰਦਿਰ 'ਚ ਵੀ ਸ਼ਰਧਾਲੂਆਂ ਨੇ ਮਾਂ ਦੀ ਪੂਜਾ ਕੀਤੀ। ਹਿਮਾਚਲ 'ਚ ਮਾਤਾ ਦੂਰ ਕਰਦੀ ਹੈ ਸ਼ਰਧਾਲੂਆਂ ਦੀਆਂ ਚਿੰਤਾਵਾਂ। ਹੁਸ਼ਿਆਰਪੁਰ ਤੋਂ ਮਾਂ ਚਿੰਤਪੁਰਨੀ ਧਾਮ ਤੱਕ ਪੰਜਾਬ ਅਤੇ ਹਿਮਾਚਲ ਦੇ ਸ਼ਰਧਾਲੂਆਂ ਵੱਲੋਂ ਵੱਖ ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ, ਜਿਸ ਦਾ ਖੂਬ ਆਨੰਦ ਧਾਮ ਨੂੰ ਜਾਣ ਵਾਲੇ ਸ਼ਰਧਾਲੂਆਂ ਨੇ ਜੈਕਾਰਿਆਂ ਦੀ ਗੂੰਜ ਨਾਲ ਮਾਂ ਦਾ ਗੁਣਗਾਨ ਕੀਤਾ। ਜਲੰਧਰ ਸਥਿਤ ਮਾਂ ਚਿੰਤਪੁਰਨੀ ਮੰਦਿਰ ਦੇ ਸਕੱਤਰ ਅਨਿਲ ਪਾਠਕ ਨੇ ਦੱਸਿਆ ਕਿ ਮੰਦਿਰ ਵਿੱਚ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਸਾਰੇ ਪ੍ਰਬੰਧਕ ਮੁਕੰਮਲ ਕਰ ਲਏ ਗਏ ਹਨ। ਮਾਂ ਦੇ ਅਸਥਾਨ ਤੇ ਹਿਮਾਚਲ ਨਹੀਂ ਜਾ ਸਕਦੇ, ਪਰ ਇੱਥੇ ਜਾ ਕੇ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਸਕਦੀਆਂ ਹਨ। ਇਹ 90 ਸਾਲ ਪੁਰਾਣਾ ਹੈ। ਚਿੰਤਪੁਰਨੀ ਧਾਮ ਤੋਂ ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਅਜੇ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਮਾਤਾ ਚਿੰਤਪੁਰਨੀ ਮੰਦਿਰ ਸਾਵਨ ਦੇ ਮਹੀਨੇ ਤੇ ਮਾਤਾ ਚਿੰਤਪੁਰਨੀ ਸਾਰੇ ਭਗਤਾਂ ਦਾ ਹਾਰਦਿਕ ਸਵਾਗਤ ਕਰਦਾ ਹੈ। ਮਾਤਾ ਚਿੰਤਪੁਰਨੀ ਸਭੀ ਦੀਆਂ ਮੁਰਾਦਾਂ ਪੂਰੀਆਂ ਕਰੇ। ਇਹ ਚਿੰਤਪੁਰਨੀ ਮੰਦਿਰ 90 ਸਾਲ ਪੁਰਾਣਾ ਹੈ। ਇਸ ਮੰਦਿਰ ਦਾ ਇਤਿਹਾਸ ਇਹ ਹੈ ਕਿ ਜਿਹੜਾ ਮਾਤਾ ਚਿੰਤਪੁਰਨੀ ਦੇ ਦਰਬਾਰ 'ਤੇ ਨਹੀਂ ਜਾ ਸਕਦਾ ਹੋਵੇ, ਮਾਤਾ ਚਿੰਤਪੁਰਨੀ ਦੇ ਆ ਕੇ ਮੱਥਾ ਟੇਕ ਲਵੇ, ਉਹਦੀਆਂ ਸਾਰੀਆਂ ਮੁਰਾਦੀਆਂ ਪੂਰੀਆਂ ਹੁੰਦੀਆਂ। ਅੱਜ ਸਾਵਨ ਮਹੀਨੇ ਦਾ ਤੀਜਾ ਸੋਮਵਾਰ ਹੈ ਔਰ ਮੈਂ ਸ਼ਿਵਜੀ ਭਗਵਾਨ ਅੱਗੇ ਅਰਦਾਸ ਕਰਦਾ ਹਾਂ ਕਿ ਸਾਰੇ ਭਗਤਾਂ ਦੀਆਂ ਮੁਰਾਦਾਂ ਪੂਰੀਆਂ ਕਰਨ। ਜਗਾਰਾ ਸ਼ੇਰਾਂ ਵਾਲੀ ਦਾ ਬੋਲ ਅੱਜ ਮਾਤਾ ਚਿੰਤਪੁਰਨੀ ਦੇ ਸਾਵਨ ਦੇ ਮਹੀਨੇ ਦੇ 5 ਤਰੀਕ ਤੋਂ ਨਰਾਤੇ ਸ਼ੁਰੂ ਹੈ ਔਰ 13 ਤਰੀਕ ਨੂੰ ਸਾਵਨ ਦੇ ਮਹੀਨੇ ਦੀ ਮਾਤਾ ਚਿੰਤਪੁਰਨੀ ਦੀ ਅਸ਼ਟਮੀ ਹੈ। ਮਾਤਾ ਚਿੰਤਪੁਰਨੀ ਦੇ ਦਰਬਾਰ 'ਤੇ ਸਭੀ ਭਗਤ ਪਹੁੰਚ ਕੇ ਹਾਜ਼ਰੀ ਲਗਾਉਣ ਅਤੇ ਮਾਤਾ ਰਾਣੀ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਕਰਨ। ਜੈ ਮਾਤਾ ਦੀ, ਜੈ ਮਾਤਾ।